अच्छा बड़ा अफसोस होया कि गुल्लू की बुढ़ी मर गई, बेचारा चंगा सी, तेरी भी भैन लगती सी। पता की कितना हंसते खेलते सी एक दूसरे के नाल, दोनों बेचारी जी भी माड़ी जी सी, जो दोवे आप दा ना काम काम सारा सीधा करी खड़े सी, लेकिन हुण पता नहीं किवें बेचारे दा निजाम चलूगा, तीन जवाक भी ने। बस मैं तो गुल्लू दी आ रही है, गुल्लू बेचारा की करूगा, कि ना प्यार करदा सी उहदा, उहदे बगैर रहिंदा ही नहीं सी। हां उहदे साईं जींदा सी बेचारा, हुण देखो की निजाम बणदा। बस अल्लाह खैर ही करे, गुल्लू दा दिल लग जावे सी। अल्लाह अल्लाह करम करण वाला, अल्लाह इहनू याद करिया ते ओह आ भी गया। अस्सलाम वालेकुम बाजी, की हाल है? खैर मेर, तबीयत सब ठीक है? वालेकुम अस्सलाम, अल्लाह दा करम है गुल्लू भाई, तबीयत सब ठीक है? जबरदस्त फर्स्ट क्लास, तुसी सुनाओ? बस शुक्र अल्लाह दा खैर है, बस जेड़े डांग गुजरने आणो तो गुजर गए। गुल्लू भाई बड़ा अफसोस हुआ है, बड़ी टेंशन आए छह दी, अल्लाह दे काम में बंदे दा केड़ा जोर है। बिल्कुल जी, अल्लाह नु जन्नत ही जा देवे। हां बड़ी अच्छी मार गई है, तो बड़ी अच्छी आई, बड़ी चंगी मेहर वाले एडी चंगी आई ना, नाल ईमान दे मैनु ऐदा दे नहीं वेखण दित। बिल्कुल जी, एक जेड़ी सवाणी होंदी ना, ओ मरो सवाणी दा इक्को रूह होंदा। बिल्कुल जी सर, ठीक है ना, जो बीवी अच्छी होवे तां बंदा दी जींदिया जन्नत है, जो सवाणी खराब होवे तो ओदी जींदिया दोसा के। इस तरह ही गल है जी, बीवी अच्छी होनी चाहिए ते ये हमेशा गड्डी दे दो पहिए होंदे ने, है कि गल तो दोनों नु ना बैलेंस नाल ही चलना चाहिए। इन्या गल नाल ईमान दे मेरी जेड़ी सवाणी आई ना, आए 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 आए, ओ मैं के करा दस मैनू, एडी सोहनी सवाणी किसे दे घर एक आई ना, जो जे मेरी सवाणी है ते मेरा फिरा गल है भाई, हुण आ जा तेरे पर मेरे ने त्राए बाल। हां जी ठीक है, मैं दिहाड़ी ते जावा ਤਾਂ ਪਿੱਛੋਂ ਉਹ ਕਲਰ ਆਉਂਦੇ, ਉਹਨਾਂ ਦਾ ਖਿਆਲ ਕਰਨ ਵਾਲਾ ਬੰਦਾ ਕੋਈ ਨਹੀਂ। ਇਹ ਗੱਲ ਅੱਗੇ ਨਾਦੀ ਤੇ ਮੈਂ ਕਰਿੰਦੇ ਬੈਠਿਆ ਸੀ। ਹਾਂਜੀ ਬੇ ਗੁੱਲੂ ਦੀ ਬੀਬੀ ਫੋਤ ਹੋ ਗਈ, ਇਹਦੀ ਬਹਿਣ ਲੱਗਦੀ ਆਈ ਜੀ, ਆ ਇਹਦਾ ਵੀ ਅਰਮਾਨ ਹੈ ਕਿ ਵੀ ਇਹਨੂੰ ਬੜੀ ਪਰੇਸ਼ਾਨ ਹੈ, ਲੇਕਿਨ ਉਸ ਤੋਂ ਜ਼ਿਆਦਾ ਸਾਨੂੰ ਇੱਕ ਹੋਰ ਸ਼ਾਦੀ ਪਰੇਸ਼ਾਨੀ ਹੈ ਕਿ ਤੇਰੇ ਨਿੱਕੇ ਨਿੱਕੇ ਬੱਚੇ ਨੇ ਜੀ, ਆ ਉਹਨਾਂ ਨੂੰ ਕੌਣ ਖਾਣਾ ਦੇ ਸੀ, ਕੌਣ ਕਿਵੇਂ ਨਿਜ਼ਾਮ ਚੱਲ ਸੀ। ਹਾਂ ਜੋ ਮੈਂ ਹੁਣ 12 ਵਜੇ ਜਾਵਾਂ ਨਾ, ਮੈਂ ਤਾਂ ਮੇਰੇ 7 ਵਜੇ ਗਈ ਹਾਂ, ਦੁਪਹਿਰੇ 12 ਵਜੇ ਮੈਨੂੰ ਅੱਧੀ ਛੁੱਟੀ ਕਰਕੇ ਆਉਣਾ ਪੈਂਦਾ, ਕਿਉਂਕਿ ਬਾਲਾ ਦੀ ਦੇਖਭਾਲ ਤਾਂ ਮੈਂ ਕਰਨੀ ਹੁੰਦੀ ਹੈ ਨਾ। ਇਸ ਤਰ੍ਹਾਂ ਹੀ ਗੱਲ ਹੈ ਬਿਲਕੁਲ ਜੀ, ਹੈ ਇਸ ਤਰ੍ਹਾਂ ਜੋ ਉਹ ਹੁੰਦੀ ਤਾਂ ਮੈਨੂੰ ਪਰੇਸ਼ਾਨੀ ਕੋਈ ਨਾ, ਮਤ ਰਾਤੀ 8-8, 9-9 ਵਜੇ ਆਉਂਦਾ। ਬਿਲਕੁਲ ਗੁੱਲੂ ਭਾਈ, ਕੋਈ ਮਸਲਾ ਨਹੀਂ, ਹੁਣ ਅੱਲਾ ਨੇ ਜੋ ਕੀਤਾ, ਅੱਲਾ ਤੇ ਕੌਣ ਜ਼ੋਰ ਜ਼ਬਰਦਸਤੀ ਹੈ ਕੋਈ ਜੀ, ਆ ਕੋਈ ਨਾ, ਕੋਈ ਨਹੀਂ, ਅੱਲਾ ਨਾਲ ਤਾਂ ਜ਼ੋਰ ਕੋਈ, ਹੌਸਲਾ ਕਰ, ਪਰੇਸ਼ਾਨ ਨਾ ਹੋ, ਅੱਲਾ ਕਰਮ ਕਰੇ ਸੀ, ਟੈਨਸ਼ਨ ਨਾ ਲੈ, ਕੋਈ ਤੇਰਾ ਜੋੜ ਬਣਿਆ ਤੇ ਇਨਸ਼ਾਅੱਲਾ ਤਾਲਾ ਤੇਰਾ ਜ਼ਰੂਰ ਜੋੜ ਬਣੇ ਥਾ ਆਪਾ। ਮੇਰਾ ਫਿਰ ਆ ਗੱਲ ਹੈ, ਆਪਾ ਕੀ ਲੱਗਦਾ ਆਪਾ, ਆਪਾਂ ਦੋਵੇਂ ਆਪਸ ਵਿੱਚ ਸਾਡੂਆਂ ਸਾਡੂਆਂ ਹੈ ਨਾ, ਇਹ ਹੋਈ ਮੇਰੀ ਸਾਲੀ ਸਾਲੀ ਅੱਧੇ ਘਰ ਵਾਲੀ, ਇੰਜਾਂ ਕਿਉਂ ਹੋਰ ਇੰਜੀ ਗੱਲ ਨਹੀਂ ਹੈ, ਗੱਲ ਇਹ ਤੁਸੀਂ ਰਲ ਮਿਲ ਕੇ ਨਾ ਤੇ ਮੈਨੂੰ ਕਿਦਾਂ ਹੀ ਪਰਨਾਓ। ਅੱਗੇ ਅਸੀਂ ਇਹ ਗੱਲ ਕਰ ਰਹੇ ਸੀ, ਇਸੇ ਸਿਲਸਿਲੇ ਤੇ ਗੱਲ ਹੋ ਰਹੀ ਹੈ ਕਿ ਕੁਛ ਨਾ ਕੁਛ ਕਰਕੇ ਨਾ ਕਿਦਾਂ ਨਾ ਕਿਦਾਂ ਤੇਰਾ ਨਿਜ਼ਾਮ ਕਿਦਾਂ ਚਲਾ ਹੀ ਨਹੀਂ ਹੈ, ਕਿਉਂਕਿ ਤੇਰਾ ਨਿਜ਼ਾਮ ਨਹੀਂ ਚੱਲ ਸਕਦਾ, ਅੱਗੇ ਤੂੰ ਆਉਂ ਕੱਲਾ, ਹਾਂਜੀ ਤੇਰਾ ਨਿਜ਼ਾਮ ਜਾਂਦਾ ਹੀ ਰੇੜ, ਹਾਂਜੀ ਹੁਣ ਤੇਰੇ ਨਾਲ ਹਨ 3 ਬੱਚੇ ਜੀ, ਉਹਨਾਂ ਦੀ ਕੌਣ ਕਰੇ ਸੀ, ਅਸਾਂ ਪਹਿਲਾਂ ਇਹ ਸੋਚਿੰਦੇ ਬੈਠੇ ਆ, ਇਹ ਕੋ ਸਾਕੜਾ ਸੂਕੜਾ ਹੀ ਨੇ ਤਾਂ ਮੈਨੂੰ ਦੇ ਛੱਡੋ, ਮਨੇ ਮੈਂ ਕਿਦੂ ਦੇਵਣਾ ਤੇਰਾ ਲੱਭਣਾ ਕਿਦੂ। ਅੱਛਾ ਅੱਛਾ ਮੈਨੂੰ ਮੀਆਂ ਪਰਨਾ ਆਓ, ਤੈਨੂੰ ਭਾਵੇਂ 5-7 ਕਰੂ ਦੇਵਣੀ ਪਰਦੀ ਆ, ਮੈਨੂੰ ਪਰਨਾ ਨਾ ਨਹੀਂ ਮੰਨਦੇ, ਕਿਉਂਕਿ ਮੇਰੀ ਇੱਕ ਰਾਤ ਔਕੀ ਪਈ ਗੁਜ਼ਰਦੀ ਏ, ਇੰਨੀ ਸੋਹਣੀ ਸਮਾਣੀ ਮੇਰਾ ਫਿਰਾ ਲੱਭ ਸਵਾਣੀ ਮੇਰੇ ਪਾਰੂ ਤੇ ਜਲਦੀ ਹੋ, ਮੈਂ ਮੁੜ ਘਰ ਜਾਵਾਂ ਜਾਂ ਨਾ ਰਾਮ ਨੂੰ। ਟੈਨਸ਼ਨ ਨਾ ਲੈ, ਜਲਦ ਤੋਂ ਜਲਦ ਕੋਸ਼ਿਸ਼ ਕਰੇ ਸਾਂ ਕਿ ਤੇਰੀ ਸਵਾਣੀ ਲੱਭ ਲਈਏ। ਇੱਕ ਗੱਲ ਮੰਨੇ ਨਾ ਮੇਰਾ ਫਿਰਾ ਮੇਰੀ ਜੀ ਜਨਾਬ, ਤੂੰ ਹੁਕਮ ਕਰ। ਮੇਰਾ ਫਿਰਾ ਗੱਲ ਇਹ, ਤੂੰ ਤਰਾ ਨਾ ਬਾਹਰ ਠੀਕ ਹੈ, ਤੇ ਇਹ ਹੁੰਦੀ ਹੈ ਪਿੱਛੇ ਵੇਲੀ, ਇਹ ਹੋ ਰਿਹਾ ਮਾਈਂ ਚਲੇ ਹੈਂ। The motherfucking Eagles up on G. Snoop Dogg.